ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੇਰੇ ਚੈਨਲ 'ਤੇ ਤੁਹਾਡਾ ਸਵਾਗਤ ਹੈ। ਪਲੀਜ਼ ਜੇ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਮੈਂਟ ਕਰਕੇ ਦੱਸਿਆ ਕਰੋ ਜੀ ਵੀਡੀਓ ਕਿਵੇਂ ਦੀ ਲੱਗੀ। ਅੱਜ ਦਿਨ ਹੈਗਾ ਜੀ ਸ਼ੁੱਕਰਵਾਰ ਦਾ, ਟਾਈਮ 5:30 ਹੋ ਗਏ ਨੇ ਅਤੇ ਅੱਜ ਆਪਾਂ ਨੇ ਸਵੇਰੇ ਜਲਦੀ ਜਲਦੀ ਕੰਮ ਖਿੱਚ ਲਿਆ ਅਤੇ ਆਪਾਂ ਨੇ ਅੱਜ ਪਿੰਡ ਤਾਇਆ ਜੀ ਰਹਿੰਦੇ ਨੇ ਜਿਹੜੇ, ਉਹਨਾਂ ਦੇ ਹੈਗਾ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਣਾ। ਆਪਾਂ ਨੇ ਉੱਥੇ ਜਾਣਾ 7 ਵਜੇ ਦੇ ਕਰੀਬ, ਆਪਣਾ ਟਾਈਮ ਰੱਖਿਆ ਹੋਇਆ ਜਾਣ ਦਾ। ਬਾਕੀ ਹੁਣ ਦੇਖਦੇ ਹਾਂ ਵੀ ਕਿੰਨਾ ਕੁ ਲੇਟ ਹੁੰਦੇ ਹਾਂ ਆਪਾਂ, ਕਿੰਨਾ ਕੁ ਛੇਤੀ ਵਗ ਜਾਂਗੇ। ਹੁਣ 5:15 ਹੋ ਗਏ ਨੇ, ਮੱਝ ਦੀ ਧਾਰ ਕੱਢ ਲੈਂਦੀ ਅਤੇ ਇਦੋਂ ਬਾਅਦ ਬਸ ਹੁਣ ਰਸੋਈ ਸਾਫ ਕਰ ਦਾਂਗੇ ਆਪਾਂ। ਚਾਹ ਪੀਣੀ ਆ ਜੀ, ਬੱਚੇ ਨਹੀਂ ਉੱਠੇ, ਮੱਝਾਂ ਦਾ ਨਿਬੜ ਗਿਆ ਆਪਣਾ। ਇਹਦੇ ਬਾਅਦ ਇਹਨਾਂ ਨੂੰ ਪਾਣੀ ਪਿਆ ਕੇ, ਮੈਂ ਪਾਣੀ ਗਰਮ ਹੋ ਗਿਆ, ਨਹਾਉਣਗੇ, ਮੱਝਾਂ ਨੂੰ ਪਾਣੀ ਪਿਆ ਕੇ ਬੰਨ ਦਾਂਗੇ ਆਪਾਂ। ਪਤਾ ਕੀ, ਕਿਤੇ ਵੀ ਜਾਣਾ ਹੋਵੇ ਆਪਾਂ ਨੂੰ ਆਪਦੀ ਸੋਚਣੀ ਹੁੰਦੀ, ਜ਼ਿਆਦਾ ਟੈਨਸ਼ਨ ਮੱਝਾਂ ਦੀ ਹੁੰਦੀ ਹੈ। ਆਪਦਾ ਕੰਮ ਤਾਂ ਆਪਾਂ ਹੌਲੀ ਹੌਲੀ ਐਡਜਸਟਮੈਂਟ ਕਰ ਲੈਂਦੇ ਹਾਂ। ਦੇਖੋ ਜੀ, ਇੱਧਰ ਧਾਰ ਕੱਢ ਲਈ ਸਾਡੀ ਕੱਟੀ, ਐਡੀ ਵੱਡੀ ਹੋ ਗਈ, ਅਜੇ ਵੀ 2 ਵਾਰ ਚੁੰਗਦੀ ਹੈ। ਪਹਿਲਾਂ ਨੂੰ ਧਾਰ ਤੋਂ ਪਹਿਲਾਂ ਛੱਡਣਾ ਪੈਂਦਾ ਬਾਅਦ 'ਚੋਂ। ਮੱਝ ਆਪਣੀ ਇੱਕ ਟਾਈਮ ਮਿਲਦੀ ਹੈ, ਹੁਣ ਇਹਦੇ ਟੀਕਾ ਲਾਉਣਾ ਬੰਦ ਕਰਤਾ। ਹੁਣ ਮੈਂ ਇਹਨੂੰ ਖੋਲ੍ਹ ਕੇ 2 ਬੱਟਲ ਗੋਹੇ ਦੇ ਨੇ ਸਿੱਟਦੀ ਹਾਂ, ਸਰਦਾਰ ਜੀ ਨਹਾਉਣ ਲੱਗ ਗਏ। ਇਸ ਤੋਂ ਬਾਅਦ ਪਿੰਦਰ ਉੱਠ ਖੜਿਆ, ਉਹਦੀ ਵਾਰੀ ਹੈ, ਫਿਰ ਹਸਪ੍ਰੀਤ। ਮੈਂ ਸਾਰਿਆਂ ਨੂੰ ਲਾਸਟ 'ਤੇ ਨਹਾਉਂਗੀ, ਤਾਂ ਫਿਰ ਮੈਨੂੰ ਐਂ ਹੁੰਦਾ ਵੀ ਜੇ ਮੈਂ ਹੁਣ ਹੀ ਨਹਾ ਲਈ ਫਿਰ ਮੇਰੇ ਕੰਮ ਵੀ ਹੁੰਦੇ ਨੇ, ਉਨੀ ਫਿਰ ਆਪਾਂ ਹੱਥ ਪੈਰ ਪੂਰ ਲਿਬੜ ਜਾਂਦੇ ਨੇ, ਔਖਾ ਹੋ ਜਾਂਦਾ। ਆਪਾਂ ਤੁਹਾਨੂੰ ਉੱਥੇ ਜਿੰਨੀ ਕੁ ਵੀਡੀਓ ਹੋ ਸਕੀ ਨਾ ਉਨੀ ਕੀ ਕਰਾਂਗੇ, ਕਿਉਂ ਪਿੰਡ ਦੇ ਵਿੱਚ ਕਈ ਵਾਰ ਇੱਦਾਂ ਦਾ ਮਾਹੌਲ ਹੁੰਦਾ ਵੀ ਕੋਈ ਇਹ ਚੀਜ਼ ਨੂੰ ਲਾਈਕ ਕਰਦਾ, ਕੋਈ ਨਹੀਂ ਕਰਦਾ। ਵੈਸੇ ਸਾਡੀ ਫੈਮਿਲੀ ਤਾਂ ਸਾਰੀ ਇਹ ਕੰਮ 'ਤੇ ਹੈ, ਉਹ ਤਾਂ ਕੋਈ ਨਹੀਂ ਕੁਛ ਉਹ ਹੁੰਦਾ, ਪਰ ਪਿੰਡ ਦੇ ਵਿੱਚ ਹੁੰਦੇ ਨੇ ਜੋ ਵੀ ਨਹੀਂ ਲਾਈਕ ਕਰਦੇ। ਮੈਂ ਕੋਸ਼ਿਸ਼ ਕਰੂੰਗੀ ਜਿੰਨੀ ਕੁ ਵੀਡੀਓ ਤੁਹਾਡੇ ਨਾਲ ਸ਼ੇਅਰ ਹੋਈ ਜ਼ਰੂਰ ਕਰਾਂਗੀ ਜੀ ਆਪਾਂ। ਚਲੋ ਜੀ, ਹੁਣ ਆਪਾਂ ਰੈਡੀ ਹੁੰਦੇ ਹਾਂ, ਨਹਾਉਂਦੇ ਹਾਂ, ਸਾਰਿਆਂ ਨੂੰ ਤਿਆਰੀ ਕਰਦੇ ਹਾਂ ਉਹਨਾਂ ਦੀ। ਮਿਲਾਂਗੇ ਤਿਆਰ ਹੋ ਕੇ ਤੁਹਾਡੇ ਨਾਲ। ਤਿਆਰ ਹੋ ਗਏ
चलो जी सा 9 बज गए ने सारे आप तकरीबन पहुँच ही गए कोई 10 मिनट पहला कोई 10 मिनट बाद चो बाकी उधर लंगर पानी की सारी अपनी तैयारी है इधर हूँ आप बना रहे जी रंगोली ये श्री अखंड पाठ साहब करवा रहे हैं जी ये नव घर बनाया इन्होंने कोठी बनाई है वो खुशी के साडे ताया जी के बेटे ने दो बेटे ने इन्होंने एक छोटा एक बड़ा है बड़े बेटे वल अखंड पाठ श्री प्रकाश होणगे अज्ज 3 दिन अपनी इत्थे ड्यूटी है तो हुण आपां इत्थे गुड़िया बनाउंदियां ने रंगोली तो इन्हां नूं बहुत ज़्यादा चाह सी जी इन्हां दे पाठ दा पिछले साल तो ही असीं सोच रहे सी वी कदों कराउणगे अज्ज उह परमात्मा दी मेहर नाल दिन है जिहड़ा खुशियां दा आ गया ते है ना हरेक दे परमात्मा खुशी नाल महाराज दी सवारी घरें आवे तो बहुत वधिया लगदा सारे चाई चाई आपां इह जिहड़ा सगन है पूरा करिए बहुत मेहनत नाल आपां इन्ना घर परिवार तैयार करदे आ सारा कुछ पिछे साडे ताया जी दी 6-7 महीने हो गए डैथ हो गई सी थोड़ा जिहा तां करके इन्हां दा लेट हो गया नहीं इस तों पहलां थोड़ी ठंड ज़्यादा थी नहीं इस तों पहलां ही करवाउणा सीगा ये हुण गुड़िया इत्थे बना रहियां ने जी रंगोली
ਦੇਖੋ ਬਹੁਤ ਜ਼ਿਆਦਾ ਚਾਅ ਹੈ ਇਹਨਾਂ ਨੂੰ, ਕੱਲ੍ਹ ਤਾਂ ਬਹੁਤ ਜ਼ਿਆਦਾ ਇਹਨਾਂ ਨੂੰ ਆਏ ਸੀ ਵੀ ਕਦੋਂ ਉਹ ਦਿਨ ਆਵੇ ਅਸੀਂ ਜਾਈਏ, ਹੁਣ ਆਪਾਂ ਸ਼ਾਮ ਤੱਕ ਆਪਣੀ ਡਿਊਟੀ ਇੱਥੇ ਆ, ਆਪਾਂ ਸ਼ਾਮ ਨੂੰ ਘਰ ਜਾਵਾਂਗੇ ਜੀ, ਦਿਨ ਦੇ ਕੰਮ ਨੇ ਆਪਾਂ ਨਿਬੇੜਿਆ ਆ, ਥੋੜ੍ਹਾ ਮੋਟਾ ਹੂ ਜਿਹੜਾ ਮੱਝਾਂ ਮੁੱਝਾਂ ਦਾ ਉਹ ਵਿੱਚ ਦੀ ਜਾ ਕੇ ਕਰ ਆਵਾਂਗੇ, ਬਾਕੀ ਆਪਣੀ ਡਿਊਟੀ ਇੱਥੇ ਹੈ। ਆਪਣੀ ਪਰਮਾਤਮਾ ਅੱਗੇ ਇਹੀ ਅਰਦਾਸ ਹੈ ਜੀ ਹਰ ਇੱਕ 'ਤੇ, ਹੈ ਨਾ, ਇਹ ਸੁਲੱਖਣੀ ਘੜੀ ਆਵੇ ਵੀ ਮਹਾਰਾਜ ਘਰ ਆਉਣ ਤਾਂ ਪਾਠ ਹੋਵੇ ਗੁਰਬਾਣੀ ਦਾ, ਫਿਰ ਹੀ ਉਹ ਹੁੰਦਾ ਹੈ ਨਾ ਵੀ ਆਪਾਂ ਵਿਆਹ ਪ੍ਰੋਗਰਾਮ ਤਾਂ ਆਪਦਾ ਦੇਖ ਕੇ ਧਰਦੇ ਹਾਂ, ਰੋਜ਼ ਜਾਂਦੇ ਹਾਂ, ਆਹ ਟਾਈਮ ਪਰਮਾਤਮਾ ਸਭ 'ਤੇ ਲਿਆਵੇ, ਸਭ ਲਈ ਇਹ ਚੀਜ਼ਾਂ ਜ਼ਰੂਰੀ ਨੇ, ਰੱਬ ਦਾ ਨਾਂ ਲੈਣਾ ਅਤੇ ਰੱਬ ਪਰਮਾਤਮਾ ਨੂੰ ਆਪਦੇ ਘਰ ਲਿਆ ਕੇ ਉਹਦਾ ਸੁਣਨਾ, ਵਧੀਆ ਪਾਠ ਸੁਣਨਾ। ਬਹੁਤ ਵਧੀਆ ਡੈਕੋਰੇਸ਼ਨ ਕੀਤੀ ਹੈ ਜੀ, ਬਹੁਤ ਵਧੀਆ ਜੀ ਲੱਗਦਾ, ਸਾਡਾ ਸਾਰਾ ਜਮੰਦਾ ਪਰਿਵਾਰ ਹੈ ਨਾ ਇੱਕ ਥਾਂ 'ਤੇ, ਜਦੋਂ ਫੈਮਿਲੀ ਇਕੱਠੀ ਹੁੰਦੀ ਹੈ ਬਹੁਤ ਵਧੀਆ ਲੱਗਦਾ। ਵੈਸੇ ਚੱਲ ਚਾਹੇ ਕੋਈ ਸਾਡੇ 'ਚ ਐਡੇ ਮਨ ਮੁਤਾਬ ਤਾਂ ਹੈ ਨਹੀਂ ਵੀ ਅਸੀਂ ਲੜਨ ਵਾਲੇ ਹੋਵਾਂਗੇ, ਕੋਈ ਹੁੰਦੀ ਮੈਂ ਬਹੁਤ ਵਧੀਆ, ਅਸੀਂ ਜਦੋਂ ਵੀ ਕੋਈ ਪ੍ਰੋਗਰਾਮ ਹੈ ਸਾਡਾ ਅਸੀਂ ਉੱਥੇ ਇਹ ਚੀਜ਼ ਨਹੀਂ ਦੇਖਦੇ ਵੀ ਅਸੀਂ ਆਏ ਨਹੀਂ ਬਾਹਰ ਨਹੀਂ, ਅਸੀਂ ਸਾਰੇ ਰਲ ਮਿਲ ਕੇ ਪੂਰਾ ਵਧੀਆ ਆਪਦਾ ਪ੍ਰੋਗਰਾਮ ਹੈ ਜਿਹੜਾ ਇੰਜੋਏ ਕਰਦੇ ਹਾਂ, ਖੁਸ਼ੀ ਖੁਸ਼ੀ ਅਸੀਂ ਸਾਰਾ ਆਪਦੀਆਂ ਜ਼ਿੰਮੇਵਾਰੀਆਂ ਸਮਝਦੇ ਹਾਂ। ਇਹ ਨਹੀਂ ਹੈਗਾ ਵੀ ਆਪਾਂ ਨੇ ਇਹ ਨਹੀਂ ਕਰਨਾ ਇਹ ਨਹੀਂ ਕਰਨਾ, ਜਿਵੇਂ ਸਰੀਕੇ ਦੇ ਤੌਰ 'ਤੇ ਆਪਾਂ ਅਸੀਂ ਸਾਰੇ ਆਪਦਾ ਘਰ ਬਣਾ ਕੇ ਕੰਮ ਕਰਦੇ ਹਾਂ ਜੀ ਪੂਰੀ ਲਗਨ ਦੇ ਨਾਲ। ਦੇਖੋ ਇੱਧਰ ਹੁਣ ਆਪਾਂ ਰੰਗੋਲੀ ਬਣਾ ਰਹੇ ਹਾਂ, ਥੋੜ੍ਹੀ ਰੰਗੋਲੀ ਜ਼ਿਆਦਾ ਵੱਡੀ ਹੋਣ ਕਰਕੇ ਟਾਈਮ ਲੱਗ ਗਿਆ। ਚਲੋ ਜੀ ਆਪਾਂ ਇਦੋਂ ਬਾਅਦ ਹੁਣ ਬਸ ਗੁਰੂ ਘਰ ਚੱਲਾਂਗੇ, ਮਹਾਰਾਜ ਦੇ ਸਰੂਪ ਲੈਣ, ਫਿਰ ਪ੍ਰਕਾਸ਼ ਤੋਂ ਬਾਅਦ ਲੰਗਰ ਪਾਣੀ ਛੱਕ ਕੇ ਫਿਰ ਆਪਣੀ ਬਸ ਹੁਣ ਉਦੋਂ ਬਾਅਦ ਸ਼ਾਮ ਦੀ ਤਿਆਰੀ ਹੋ ਜਾਣ, 3 ਦਿਨ ਆਪਣਾ ਇਹੀ ਕੰਮ ਚੱਲਣਾ। ਇਸ ਕਰਕੇ ਇਹ ਜਿਹੜੇ ਲੈਮਨ ਸੂਟ ਵਾਲੇ ਨੇ ਇਹਨਾਂ, ਇਹ ਤਾਇਆ ਜੀ ਦੇ ਨੂੰਹ ਨੇ ਵੱਡੇ, ਇਹਨਾਂ ਦੇ ਘਰ ਸ੍ਰੀ ਸਹਿਜ ਅਖੰਡ ਪਾਠ ਪ੍ਰਕਾਸ਼ ਹੋਣਗੇ, ਇਹਨਾਂ ਦਾ ਇੱਕੋ ਹੀ ਬੇਟਾ। ਦੇਖੋ ਜੀ ਆਪਾਂ ਸਾਰੇ ਰਲ ਮਿਲ ਕੇ ਰੰਗੋਲੀ ਬਣਾਉਂਦੇ ਹਾਂ, ਤੁਸੀਂ ਵੀ ਦੇਖੋ ਇੰਜੋਏ ਕਰੋ ਬੱਚਿਆਂ ਨਾਲ ਸਾਡੇ ਨਾਲ। ਸਾਰਾ ਦਿਨ ਤੁਸੀਂ ਵੀ ਸੂਟਾਂ ਦੀ ਵੀਡੀਓ ਤੋਂ ਬੋਰ ਹੋ ਰਹੇ ਸੀਗੇ, ਹੁਣ ਤੁਸੀਂ ਇਹ ਵੀਡੀਓ ਆਪਣੀ ਵਧੀਆ ਇੰਜੋਏ ਕਰੋ 3 ਦਿਨ। ਕੋਸ਼ਿਸ਼ ਕਰਾਂਗੇ ਜਿੰਨੇ ਕੁ ਬਲੌਗ ਸਾਡੇ ਤੋਂ ਬਣੇ ਅਸੀਂ ਉਨੇ ਕੁ ਬਣਾਵਾਂਗੇ, ਕਈ ਵਾਰ ਆਪਣਾ ਹੁਣ ਜ਼ਿੰਮੇਵਾਰੀ ਹੈ ਕੰਮ ਦੇ ਉੱਪਰ ਆਪਾਂ ਬਿਜ਼ੀ ਹੋ ਜਾਂਦੇ ਹਾਂ, ਹੈ ਨਾ, ਨਹੀਂ ਵੀ ਫੋਨ ਚੱਕਿਆ ਜਾਂਦਾ ਹੁੰਦਾ, ਫੋਨ ਚਾਰਜ ਵੀ ਨਹੀਂ ਹੁੰਦਾ, ਪਿੰਡ ਦੇ ਵਿੱਚ ਥੋੜ੍ਹੀ ਜਿਹੀ ਨੈਟਵਰਕ ਦੀ ਪ੍ਰੋਬਲਮ ਹੋਣ ਕਰਕੇ ਵੀਡੀਓ ਲੇਟ ਪਹੁੰਚ ਸਕਦੀ ਹੈ, ਇਹ ਵੀ ਹੋ ਸਕਦਾ ਹੈ ਨਾ, ਇੱਥੇ ਜੀਓ ਦੀ ਰੇਂਜ ਹੈ ਜਿਹੜੀ ਪਿੰਡ ਦੇ ਵਿੱਚ ਬਿਲਕੁਲ ਵੀ ਨਹੀਂ ਹੈਗੀ, ਬਾਕੀ ਹੋਰ ਸਿੰਮ ਦੇ ਹੋਰ ਸਪੋਰਟ ਕਰਕੇ ਵੀਡੀਓ ਅਪਲੋਡ ਕਰਾਂਗੇ, ਨਹੀਂ ਫਿਰ ਜਦੋਂ ਵੀ ਆਪਾਂ ਘਰ ਗਏ ਵਾਪਸ ਉਦੋਂ ਤਾਂ ਵੀਡੀਓ ਪਾਉਣੀ ਪਾਉਣੀ। ਚਲੋ ਜੀ ਹੁਣ ਰੰਗੋਲੀ ਆਪਣੀ ਰੈਡੀ ਹੈ, ਬਸ ਕੁੱਲ ਮਿਲਾ ਕੇ ਥੋੜ੍ਹੀ ਮੋਟੀ ਰਹਿ ਗਈ, ਸਾਰੀ ਰੈਡੀ ਹੈ, ਆਪਣੇ ਸਾਰੇ ਪਰਿਵਾਰ ਨੂੰ ਬਹੁਤ ਖੁਸ਼ੀ ਹੈ ਜੀ, ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਨਾ। ਤੁਸੀਂ ਕਰ ਜਾਓ ਉੱਥੇ
ਵਾਹਿਗੁਰੂ ਜੀ ਕਾ ਖਾਲਸਾ ਗੁਰੂ ਸਾਹਿਬ ਜੀਓ ਰਾਮ ਕਲੀ ਮਹੱਲਾ ਤੀਜਾ ਦੋ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰੂ ਤਾਂ ਪਾਇਆ ਸਹਿਜ ਸਹਿਤੀ ਮਨ ਵਧੀਆ ਵਾਦਾ ਗਿਨਾ ਰਾਗ ਰਤਨੋ ਪਰਵਾਰ ਭਰੀਆ ਸ਼ਬਦ ਗਾਵਣੇ ਨਾਮ ਸ਼ਬਦੋ ਤਾ ਗਾਵੋ ਹਰੀ ਕੇ ਰਾਮ ਨੰਦਿਨੀ ਵਸਾਇਆ ਸਤਿਗੁਰੂ ਮੈਂ ਪਾਇਆ ਤੇ ਮਨ ਮੇਰਿਆ ਮਨਾਣਾ ਕਿੱਥੇ ਕਿੱਥੇ ਹੈ ਬਾਰਵੇ